Cheers to your body, Hari Baba. ਦੋਸਤੋ ਕੋਈ ਵਿਰਲਾ ਹੀ ਹੋ ਜਿਹਨੇ 1999 ਚ ਆਏ ਗੀਤ ਮੁੰਡਿਆਂ ਤੋਂ ਬਚ ਕੇ ਰਹੀ ਨੀ ਤੂੰ ਹੁਣੇ ਹੁਣੇ ਹੋਈ ਮਟਿਆਰ ਤੇ ਭੰਗੜੇ ਨਾ ਪਾਏ ਹੋਣ ਤੇ ਇਸ ਗੀਤ ਨੇ ਕਈ ਵਰਲਡ ਰਿਕਾਰਡ ਵੀ ਬਣਾਏ ਤੇ ਇੱਕ ਅਜਿਹਾ ਸਿੰਗਰ ਬਾਲੀਵੁੱਡ ਤੇ ਬਾਲੀਵੁੱਡ ਨੂੰ ਦਿੱਤਾ ਜਿਸ ਨੇ ਅਜਿਹੇ ਗੀਤ ਗਾਏ ਜੋ ਅਮਰ ਹੋ ਗਏ। ਹਾਂਜੀ ਦੋਸਤੋ, ਮੈਂ ਗੱਲ ਕਰ ਰਿਹਾ ਪੰਜਾਬੀ ਮਾਂ ਬੋਲੀ ਦੀ ਸ਼ਾਨ ਲੈਜੈਂਡਰੀ ਸਿੰਗਰ ਲਾਭ ਜੰਜੂਆ ਜੀ ਬਾਰੇ। ਜਿਨ੍ਹਾਂ ਦੀ ਮੈਂ ਅੱਜ ਬਾਇਓਗ੍ਰਾਫੀ ਲੈ ਕੇ ਹਾਜ਼ਰ ਹੋਇਆ। ਇਸ ਵੀਡੀਓ ਰਾਹੀਂ ਅਸੀਂ ਲਾਭ ਜੰਜੂਆ ਜੀ ਦੀ ਲਾਈਫ ਬਾਰੇ, ਉਹਨਾਂ ਦੀ ਫੈਮਿਲੀ ਬਾਰੇ, ਉਹਨਾਂ ਦੇ ਸੰਘਰਸ਼ ਬਾਰੇ ਤੇ ਮੌਤ ਦਾ ਅਸਲ ਕਾਰਨ ਕੀ ਸੀ ਬਾਰੇ ਪੂਰੇ ਵਿਸਤਾਰ 'ਚ ਗੱਲਬਾਤ ਕਰਾਂਗੇ। ਸੋ ਤੁਸੀਂ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਵੇਖਿਓ। ਲਾਭ ਜੰਜੂਆ ਨੂੰ ਪਿਆਰ ਕਰਨ ਵਾਲੇ ਚੱਲਦੀ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਅਤੇ ਉਹਨਾਂ ਨੂੰ ਸ਼ਰਧਾਂਜਲੀ ਦਿਓ। ਜੇ ਤੁਸੀਂ ਆਪਣਾ ਚੈਨਲ ਅਜੇ ਨਹੀਂ ਸਬਸਕ੍ਰਾਈਬ ਕੀਤਾ ਤਾਂ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ ਅਤੇ ਨਾਲ ਆ ਰਹੇ ਬੈੱਲ ਦੇ ਬਟਨ 'ਤੇ ਕਲਿੱਕ ਕਰ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿਆਂ ਕਿ ਮੇਰਾ ਨਾਮ ਆ ਜਗਮੀਤ ਬਰਾੜ ਅਤੇ ਤੁਸੀਂ ਦੇਖ ਰਹੇ ਹੋ ਬੋਲੀ ਹੋਲੀ ਬਾਬਾ ਚੈਨਲ ਅਤੇ ਆਪਣੇ ਚੈਨਲ 'ਤੇ ਮੈਂ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਕਰਦਾ। ਹੁਣ ਤੁਹਾਡਾ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਸਭ ਤੋਂ ਪਹਿਲਾਂ ਆਪਾਂ ਲਾਭ ਜੰਜੂਆ ਜੀ ਦੇ ਜੀਵਨ 'ਤੇ ਇੱਕ ਝਾਤ ਮਾਰਦੇ ਹਾਂ। ਲਾਭ ਜੰਜੂਆ ਦਾ ਜਨਮ ਸੰਨ 1957 ਨੂੰ ਪਿੰਡ ਮਾਜਰਾ ਮੰਨਾ ਸਿੰਘ ਵਾਲਾ ਤਹਿਸੀਲ ਖੰਨਾ ਜ਼ਿਲ੍ਹਾ ਲੁਧਿਆਣਾ ਪੰਜਾਬ ਵਿਖੇ ਇੱਕ ਜੱਟ ਸਿੱਖ ਪਰਿਵਾਰ ਵਿੱਚ ਹੋਇਆ। ਉਹਨਾਂ ਦਾ ਪਰਿਵਾਰ ਖੇਤੀਬਾੜੀ ਧੰਦੇ ਨਾਲ ਜੁੜਿਆ ਹੋਇਆ ਸੀ। ਇਸੇ ਕਾਰਨ ਲਾਭ ਜੰਜੂਆ ਦੇ ਪਿਤਾ ਜੀ ਚਾਹੁੰਦੇ ਸਨ ਕਿ ਲਾਭ ਵੀ ਖੇਤੀਬਾੜੀ ਕਰੇ, ਪਰ ਲਾਭ ਜੰਜੂਆ ਜੀ ਨੂੰ ਬਚਪਨ ਤੋਂ ਹੀ ਸੰਗੀਤ ਨਾਲ ਬਹੁਤ ਜ਼ਿਆਦਾ ਪਿਆਰ ਸੀ ਅਤੇ ਬਹੁਤ ਛੋਟੀ ਉਮਰ ਤੋਂ ਹੀ ਉਹਨਾਂ ਨੇ ਗਾਉਣਾ ਸ਼ੁਰੂ ਕਰ ਦਿੱਤਾ ਸੀ, ਕਿਉਂਕਿ ਲਾਭ ਜੰਜੂਆ ਦੇ ਦਾਦਾ ਜੀ ਸਰਦਾਰ ਬਖਤੌਰ ਸਿੰਘ ਕੀਰਤਨ ਕਰਦੇ ਸੀ। ਇਸੇ ਕਾਰਨ ਉਹਨਾਂ ਨੂੰ ਬਚਪਨ ਤੋਂ ਹੀ ਸੰਗੀਤ ਬਾਰੇ ਆਪਣੇ ਘਰ ਹੀ ਦਾਦਾ ਜੀ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਅਤੇ ਲਾਭ ਜੰਜੂਆ ਦੀ ਗਾਇਕੀ ਵਿੱਚ ਰੁਚੀ ਵੱਧਦੀ ਗਈ। ਉਹ ਸਕੂਲ ਅਤੇ ਕਾਲਜ ਸਮੇਂ ਅਕਸਰ ਹੀ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਭਾਗ ਲੈਂਦੇ ਸੀ ਅਤੇ ਆਪਣੀ ਵਧੀਆ ਸਿੰਗਿੰਗ ਕਾਰਨ ਬਹੁਤ ਸਾਰੇ ਉਹਨਾਂ ਨੇ ਇਨਾਮ ਵੀ ਜਿੱਤੇ। ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਲਾਭ ਜੰਜੂਆ ਨੇ ਆਪਣੇ ਪਿਤਾ ਜੀ ਨਾਲ ਖੇਤੀ ਵੀ ਕਰਵਾਈ, ਪਰ ਉਹਨਾਂ ਦਾ ਸੁਪਨਾ ਇੱਕ ਪ੍ਰੋਫੈਸ਼ਨਲ ਸਿੰਗਰ ਬਣਦਾ ਸੀ, ਜੋ ਲਾਭ ਦੇ ਪਿਤਾ ਜੀ ਨੂੰ ਬਿਲਕੁਲ ਪਸੰਦ ਨਹੀਂ ਸੀ। ਇਸੇ ਕਾਰਨ ਆਪਣਾ ਸੁਪਨਾ ਪੂਰਾ ਕਰਨ ਲਈ ਲਾਭ ਜੰਜੂਆ ਜੀ ਨੂੰ ਆਪਣਾ ਘਰ ਵੀ ਛੱਡਣਾ ਪਿਆ। ਉਹ ਘਰ ਛੱਡ ਖੰਨੇ ਸਿੰਗਰ ਮਨਜੀਤ ਰਾਹੀ ਕੋਲ ਚਲੇ ਗਏ ਅਤੇ ਲਗਭਗ ਇੱਕ ਮਹੀਨਾ ਉਹਦੇ ਕੋਲ ਰਹੇ। ਉਸ ਸਮੇਂ ਲਾਭ ਜੰਜੂਆ ਦੀ ਜੇਬ ਵਿੱਚ ਜ਼ਿਆਦਾ ਪੈਸੇ ਵੀ ਨਹੀਂ ਸੀ, ਕਿਉਂਕਿ ਉਹ ਖਾਲੀ ਹੱਥ ਘਰੋਂ ਆਪਣਾ ਸਾਈਕਲ ਤੇ ਬਿਸਤਰਾ ਲੈ ਕੇ ਆਏ ਸੀ। ਇਸੇ ਕਾਰਨ ਉਹਨਾਂ ਨੂੰ ਬਹੁਤ ਸੰਘਰਸ਼ ਵੀ ਕਰਨਾ ਪਿਆ। ਜਦੋਂ ਖੰਨੇ ਉਹਨਾਂ ਨੂੰ ਆਪਣੇ ਸੁਪਨੇ ਪੂਰੇ ਹੁੰਦੇ ਨਾ ਦਿਖੇ ਤਾਂ ਉਹ ਖੰਨੇ ਤੋਂ ਲੁਧਿਆਣਾ ਚਲੇ ਗਏ ਅਤੇ ਆਪਣੇ ਗੁਜ਼ਾਰੇ ਲਈ ਉਹਨਾਂ ਨੇ ਬਤੌਰ ਬੁਕਿੰਗ ਕਲਰਕ ਅਮਰ ਸਿੰਘ ਸ਼ੇਰਪੁਰੀ ਕੋਲ ਨੌਕਰੀ ਕੀਤੀ ਅਤੇ ਇਸ ਦੇ ਨਾਲ ਹੀ ਉਹ ਸਾਈਡ 'ਤੇ ਸਿੰਗਰਾਂ ਨਾਲ ਪ੍ਰੋਗਰਾਮ 'ਤੇ ਜਾਂਦੇ ਸੀ ਅਤੇ ਮੇਨ ਸਿੰਗਰ ਨੂੰ ਸਾਹ ਦਿਵਾਉਣ ਲਈ ਕੁਝ ਗੀਤ ਗਾਇਆ ਕਰਦੇ ਸੀ, ਜਿਸ ਨੂੰ ਸਾਰੇ ਦਰਸ਼ਕ ਬਹੁਤ ਜ਼ਿਆਦਾ ਪਸੰਦ ਕਰਦੇ ਸੀ, ਜਿਸ ਨਾਲ ਉਹਨਾਂ ਨੂੰ 100-200 ਰੁਪਏ ਮਿਲ ਜਾਂਦੇ ਸੀ। ਚਾਹੇ ਲਾਭ ਜੰਜੂਆ ਦਾ ਪਰਿਵਾਰ ਆਰਥਿਕ ਤੌਰ 'ਤੇ ਬਹੁਤ ਮਜ਼ਬੂਤ ਸੀ, ਉਹਨਾਂ ਕੋਲ ਚੰਗੀ ਜ਼ਮੀਨ ਜਾਇਦਾਦ ਸੀ, ਪਰ ਫਿਰ ਵੀ ਲਾਭ ਜੰਜੂਆ ਨੇ ਆਪਣੇ ਸੁਪਨੇ ਆਪਣੇ ਬਲ 'ਤੇ ਪੂਰੇ ਕਰਨ ਦਾ ਫੈਸਲਾ ਕੀਤਾ ਅਤੇ ਸਖ਼ਤ ਸੰਘਰਸ਼ ਕੀਤਾ। ਪਰਿਵਾਰ ਤੋਂ ਕੋਈ ਪੈਸਾ ਨਹੀਂ ਲਿਆ। ਲਾਭ ਜੰਜੂਆ ਨੇ ਸੰਗੀਤ ਨੂੰ ਬਰੀਕੀ ਨਾਲ ਸਿੱਖਣ ਲਈ ਮਹਾਨ ਮਿਊਜ਼ਿਕ ਡਾਇਰੈਕਟਰ ਜਸਵੰਤ ਭੰਵਰਾ ਜੀ ਨੂੰ ਉਸਤਾਦ ਧਾਰਿਆ ਅਤੇ ਲਗਭਗ 3 ਸਾਲ ਉਹਨਾਂ ਦੀ ਸ਼ਰਨ ਵਿੱਚ ਰਹਿ ਕੇ ਸੰਗੀਤਕ ਬਰੀਕੀਆਂ ਸਿੱਖੀਆਂ। ਲਾਭ ਜੰਜੂਆ ਨੂੰ ਆਪਣੇ ਕਰੀਅਰ ਦੀ ਸ਼ੁਰੂਆਤ ਵਿੱਚ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਉਸ ਸਮੇਂ ਕੋਈ ਐਲਬਮ ਰਿਕਾਰਡ ਕਰਵਾਉਣ ਲਈ ਕੰਪਨੀ ਨੂੰ ਮਿਲਣਾ ਪੈਂਦਾ ਸੀ। ਜਦੋਂ ਲਾਭ ਜੰਜੂਆ ਜੀ ਕੰਪਨੀਜ਼ ਕੋਲ ਜਾਂਦੇ ਤਾਂ ਕੰਪਨੀਜ਼ ਉਹਨਾਂ ਨੂੰ ਇਹ ਕਹਿ ਕੇ ਜਵਾਬ ਦੇ ਦਿੰਦੇ ਕਿ ਤੂੰ ਨਵਾਂ ਸਿੰਗਰ ਆ, ਅਸੀਂ ਤੇਰੀ ਕੈਸੈਟ ਨਹੀਂ ਕਰ ਸਕਦੇ, ਜਿਸ ਨਾਲ ਲਾਭ ਜੰਜੂਆ ਨੂੰ ਨਿਰਾਸ਼ਾ ਤਾਂ ਹੁੰਦੀ ਪਰ ਉਹਨਾਂ ਨੂੰ ਆਪਣੀ ਗਾਇਕੀ ਅਤੇ ਮਿਹਨਤ 'ਤੇ ਵਿਸ਼ਵਾਸ ਸੀ। ਇਸੇ ਕਾਰਨ ਉਹਨਾਂ ਨੇ ਹਿੰਮਤ ਨਾ ਹਾਰੀ ਅਤੇ ਅੱਗੇ ਵੱਧਦੇ ਰਹੇ। ਇੱਕ ਦਿਨ ਲਾਭ ਜੰਜੂਆ ਸਾਹਿਬ ਦੀ ਮੁਲਾਕਾਤ ਗੀਤਕਾਰ ਕਰਨੈਲ ਸਿਵੀਆ ਅਤੇ ਸਵਰਨ ਸਿਵੀਆ ਨਾਲ ਹੋਈ, ਜੋ ਇੱਕ ਮਲਟੀ ਟੇਪ ਕਰ ਰਹੇ ਸੀ। ਉਹਨਾਂ ਨੇ ਲਾਭ ਜੰਜੂਆ ਨੂੰ ਉਸ ਟੇਪ ਵਿੱਚ ਇੱਕ ਗੀਤ ਗਾਉਣ ਦਾ ਔਫਰ ਦਿੱਤਾ ਅਤੇ ਲਾਭ ਜੰਜੂਆ ਨੇ ਫਿਰ ਉਸ ਕੈਸੈਟ ਵਿੱਚ ਕੱਲ ਮਰ ਗਈ ਮਸ਼ੂਕ ਤੇਰੀ ਦੇਖ ਕੇ ਬਰਾਤ ਵਾਲੀ ਕਾਰ ਮਿੱਤਰਾ ਗਾਇਆ। ਗੀਤ ਸੁਪਰ ਹਿੱਟ ਰਿਹਾ ਅਤੇ ਇਸ ਤੋਂ ਬਾਅਦ ਲਾਭ ਜੰਜੂਆ ਦਾ ਜੀਵਨ ਹੀ ਬਦਲ ਗਿਆ। ਉਹਨਾਂ ਨੂੰ ਹੋਰ ਗੀਤਾਂ ਤੇ ਕੈਸਟਾਂ ਕਰਨ ਦੇ ਮੌਕੇ ਮਿਲਣ ਲੱਗੇ। ਫਿਰ ਉਹਨਾਂ ਦੀ ਡੈਬਿਊ ਐਲਬਮ ਆਈ ਜਿਹੜੀ ਬਣੀ ਮਸ਼ੂਕ। ਇਹ ਐਲਬਮ ਨੇ ਕਈ ਰਿਕਾਰਡ ਤੋੜੇ ਅਤੇ ਲਾਭ ਜੰਜੂਆ ਨੂੰ ਰਾਤੋ ਰਾਤ ਸੁਪਰ ਸਟਾਰ ਬਣਾਤਾ। ਚਾਰੇ ਪਾਸੇ ਲਾਭ ਜੰਜੂਆ ਦੇ ਚਰਚੇ ਹੋ ਗਏ। ਇਸ ਤੋਂ ਬਾਅਦ ਲਾਭ ਜੰਜੂਆ ਨੇ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ। ਉਹਨਾਂ ਦੀਆਂ ਬਹੁਤ ਸਾਰੀਆਂ ਐਲਬਮਸ ਦੇ ਗੀਤ ਆਏ ਜੋ ਦੇਸ਼ ਦੇ ਨਾਲ ਨਾਲ ਵਿਦੇਸ਼ਾਂ ਵਿੱਚ ਵੀ ਖੂਬ ਪਸੰਦ ਕੀਤੇ ਗਏ। ਜੇ ਆਪਾਂ ਉਹਨਾਂ ਦੀਆਂ ਸੁਪਰ ਹਿੱਟ ਐਲਬਮਸ ਦੀ ਗੱਲ ਕਰੀਏ ਤਾਂ ਉਹਨੇ ਰਾਤੋ ਲੰਮੇ ਖੱਤ, ਗਾਨੀ ਯਾਰਾਂ ਦੀ, ਪਿਆਰ ਦੇ ਰੁੱਕੇ, ਦਿਲ ਵਾਲੀ ਚੋਰਨੀ ਆਦਿ। ਇਸ ਤੋਂ ਬਿਨਾਂ ਸੰਨ 1999 ਵਿੱਚ ਆਏ ਗੀਤ ਮੁੰਡਿਆਂ ਤੋਂ ਬਚ ਕੇ ਰਹੀ ਨੇ ਲਾਭ ਜੰਜੂਆ ਜੀ ਦੇ ਕਰੀਅਰ ਨੂੰ ਹੋਰ ਵੀ 4 ਚੰਦ ਲਾ ਤੇ ਅਤੇ ਉਹਨਾਂ ਨੂੰ ਪੂਰੇ ਵਰਲਡ ਵਿੱਚ ਫੇਮਸ ਕਰਤਾ।
इस गीत नूं बॉलीवुड विच भी बहुत पसंद किया गया पर लाभ जंजुआ ने एक निजी चैनल नूं दित्ती इंटरव्यू विच काफी निराश होकर यह गल कही सी कि कंपनी ने इस गीत नाल लखां करोड़ां रुपए की कमाई की पर उसनूं इस गीत की कोई रॉयल्टी नहीं मिली जिसका उसनूं बहुत दुख आ पर लाभ जंजुआ ने कदे हौसला नहीं छड्डिया ते उसने बॉलीवुड तो बाद बॉलीवुड विच एंट्री का मन बना लिया ते मुंबई चले गए 6-7 महीने उन्होंने बहुत संघर्ष किया ते आखिर मेहनत रंग लियाई उन्होंने अक्षय कुमार की फिल्म गर्म मसाला विच गीत गाउण दा मौका मिलिया गीत सी चोरी 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 दिल लै गई हायो रब्बा लै गई ये गीत सुपरहिट रहा ते लाभ जंजुआ की बॉलीवुड विच चंगी पहचान बन गई इस तो बाद लाभ जंजुआ ने वड्डियां वड्डियां बॉलीवुड फिल्मों च गीत गाए ते सारे गाने सुपरहिट होए जिवें भापे प्यार करके पछताया यारा ढोल वजा के डांस पे चांस मार लै सोहनी दे नखरे सोहने लगदे जी करदा बई जी करदा लंडन ठुमकदा आदि सिंगिंग दे नाल नाल लाभ जंजुआ ने कई फिल्मों विच भी काम किया ते अदाकारी दे जौहर दिखाए जिवें जट ते जबान अधूरियां आसां लंडन दी हीर कुड़ी 420 तस्कर ते बॉलीवुड फिल्म तेरा बैंड बजेगा पक्का आदि इस तरह जदों लाभ जंजुआ दा करियर बॉलीवुड ते बॉलीवुड विच बुलंदियां नूं छू रिहा सी चारे पासे लाभ जंजुआ दी कामयाबी दे चर्चे सी अचानक 22 अक्तूबर 2015 नूं ओह काला दिन आया जदों लाभ जंजुआ जी दी अपने गोरे गांव मुंबई स्थित फ्लैट विच दिल दा दौरा पैण कारण मौत हो गई प्राप्त जानकारी अनुसार जदों उन्हां दी मौत होई ओह फ्लैट विच कल्ले सी ते उन्हां दी धर्म पत्नी दलजीत कौर ते उन्हां दा बेटा उन्हां दे खन्ना स्थित घर विच सी लाभ जंजुआ जी दी मौत दा उदों पता लग्गिया जदों सवेरे काम वाली आई ते उसने फ्लैट दा गेट खड़काया पर अंदरों गेट नहीं खोलिया गया ते लाभ जंजुआ दी पत्नी ने भी बहुत फोन किए सन पर उदा फोन भी नहीं चुकया इस तो बाद गुआंढियां दे पुलिस दी मदद नाल जदों गेट खोलिया गया तां लाभ जंजुआ दा मृतक शरीर बैड ते पिया सी शुरुआती पुलिस इन्वेस्टिगेशन विच मौत बारे कुछ शक भी जताए गए पर बाद विच इह क्लीयर हो गया सी कि उन्हां नूं हाई डायबिटीज़ सी ते उन्हां नूं हार्ट दी प्रॉब्लम भी सी जिस कारण उन्हां नूं हार्ट अटैक होया ते मौत हो गई दोस्तों लाभ जंजुआ जी वर्गे महान गायक दा घाटा कदे भी पूरा नहीं हो सकता चाहे अज ओह साडे विच नहीं पर उन्हां दे गीत हमेशा अमर रहणगे सो दोस्तों ए सी लाभ जंजुआ साहब दी बायोग्राफी मैनूं उम्मीद है कि तुहानूं वीडियो वधिया लगी होगी जे वीडियो वधिया लगे तुसीं लाभ जंजुआ जी दे फैन हो तां इस वीडियो नूं लाइक करके उन्हां नूं श्रद्धांजलि जरूर दिओ ते वीडियो हेठां कमेंटां विच मिस यू लाभ जंजुआ जरूर लिखो ते इस वीडियो नूं अपने सारे दोस्त मित्रां नाल जरूर शेयर कर दिओ तां जो ओह वी महान गायक लाभ जंजुआ जी दे जीवन ते संघर्ष बारे जाण सकन ते इसे तरह दी वीडियो हर रोज वेखण लई अपने चैनल नूं इस वीडियो हेठां जो लाल रंग दा सबसक्राइब दा बटन आ रिहा उस ते अपने इक प्यारा जिहा क्लिक करके जरूर सबसक्राइब कर लो ते नाल आ रहे बैल दे बटन ते क्लिक कर दिओ तां जो अपनी हर एक वीडियो तुहाडे तक सब तों पहलां पहुंच सके इन्हें शब्दां नाल अपने दोस्त जगमीत बराड़ नूं दिओ इजाजत मिलदे आ किसे होर वीडियो नाल सति श्री अकाल जी